ਇਹ ਬਹੁਤ ਵਧੀਆ ਤਰੀਕਾ ਹੈ ਇੱਕ ਕਾਗਜ਼ ਦੀ ਸਟ੍ਰਿਪ ਤੋਂ ਟੈਟਰਾਹੈਡਰਨ ਬਣਾਉਣ ਦਾ। ਇੱਕ ਕਾਗਜ਼ ਦਾ 28 ਸੈਂਟੀਮੀਟਰ ਲੰਬਾ ਅਤੇ 4 ਸੈਂਟੀਮੀਟਰ ਚੌੜਾ ਟੁਕੜਾ ਲਵੋ। ਇਹ ਸਟ੍ਰਿਪ ਇੱਕ ਪਾਸੇ ਤੋਂ ਸਫੈਦ ਅਤੇ ਦੂਜੇ ਪਾਸੇ ਤੋਂ ਕਾਲੀ ਹੋਵੇਗੀ। ਸਟ੍ਰਿਪ ਨੂੰ ਅੱਧ ਵਿੱਚੋਂ ਮੋੜ ਦਿਓ ਅਤੇ ਦੋਨੋਂ ਕੋਨਿਆਂ ਨੂੰ ਟੇਪ ਲਗਾ ਕੇ ਸਰਕੂਲਰ ਲੂਪ ਬਣਾ ਦਿਓ। ਲੂਪ ਨੂੰ ਪੱਧਰਾ ਕਰ ਲਵੋ ਜਿਸ ਦੇ ਇੱਕ ਕੋਨੇ 'ਤੇ ਜੋੜ ਹੋਵੇਗਾ। ਸਟ੍ਰਿਪ ਨੂੰ ਅੱਧ ਤੋਂ ਮੋੜੋ ਅਤੇ ਮੱਧ ਰੇਖਾ ਤੋਂ ਮੋੜ ਕੇ ਇੱਕ ਚੌਥਾਈ ਵੰਡ ਲਵੋ। ਹੁਣ 4 ਰੈਕਟੈਂਗਲਸ ਹਨ, ਹਰੇਕ 7x4 ਸੈਂਟੀਮੀਟਰ ਹੈ। ਡਾਇਗਨਲ ਤੋਂ ਫੁੱਟੇ ਨਾਲ ਮੋੜ ਦਿਓ। ਉਸਨੂੰ ਖੋਲ੍ਹੋ ਅਤੇ ਡਾਇਗਨਲ ਨੂੰ ਦੋਨੋਂ ਪਾਸੇ ਕਰੀਜ਼ ਕਰ ਲਵੋ। ਸਾਰੀ ਸਟ੍ਰਿਪ ਨੂੰ ਇੱਕ ਕਿਸ਼ਤੀ ਦੀ ਤਰ੍ਹਾਂ ਖੋਲ੍ਹੋ। ਜਿਵੇਂ ਹੀ ਤੁਸੀਂ ਕਿਨਾਰੇ ਇਕੱਠੇ ਕਰੋਗੇ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਇਸਨੇ ਕਾਲਾ ਟੈਟਰਾਹੈਡਰਨ ਬਣਾਇਆ ਹੈ। ਟੈਟਰਾਹੈਡਰਨ ਬਹੁਤ ਹੀ ਖਾਸ ਢਾਂਚਾ ਹੈ। ਇਹ ਇੱਕ ਟ੍ਰਾਇੰਗੂਲਰ ਪਿਰਾਮਿਡ ਹੈ। ਤੁਸੀਂ ਲੂਪ ਨੂੰ ਉੱਪਰ ਕਰੋ ਤਾਂ ਜੋ ਇਹ ਸਫੈਦ ਹੋ ਜਾਵੇ। ਤੁਸੀਂ ਇਸਨੂੰ ਦੁਬਾਰਾ ਮੋੜ ਕੇ ਟੈਟਰਾਹੈਡਰਨ ਬਣਾ ਸਕਦੇ ਹੋ, ਪਰ ਇਸ ਵਾਰ ਇਹ ਸਫੈਦ ਟੈਟਰਾਹੈਡਰਨ ਹੋਵੇਗਾ।